जे अमृत मान के पिता की गल करिए अज 38-40 करोड़ की प्रॉपर्टी वो ता ही बनी जेकर सरबजीत सिंह सरकारी नौकरी लगा। जनरल कैटागरी के चोर की एक उदाहरण थोड़े को साढ़े लोगों का जोड़ा झोना लाने लोगों का लत्तां बेचती रब नहीं जो झोना लाने है। ਸਾਡੇ ਜਵਾਕ ਐਮਏ ਬੀਐਡ ਆ ਪੋਸਟ ਗ੍ਰੈਜੂਏਟ ਆ ਜਿਹੜੇ ਝੋਨਾ ਲਾਉਂਦੇ ਫਿਰਦੇ ਆ, ਨਿਕਲੋ ਬਾਹਰ ਮਕਾਨੋਂ ਸੇ, ਜੰਗ ਲੜੋ ਬੇਈਮਾਨੋਂ ਸੇ, ਇੱਥੇ ਆਓ। 93 ਦਿਨ ਹੋ ਗਏ ਇੱਥੇ ਦਰੀ 'ਤੇ ਪੈਣਾ ਸੌਖਾ ਨਹੀਂ ਆ। ਪ੍ਰੋਫੈਸਰ ਸਾਹਿਬ ਇੰਨੀ ਉਮਰ 'ਚ ਸੰਘਰਸ਼ ਕਰ ਰਹੇ ਆ, ਕੇਜਰੀਵਾਲ ਇੱਕ ਕਾਲਾ ਕਾਨੂੰਨ ਆ ਪੰਜਾਬ ਦੇ ਲੋਕਾਂ ਲਈ, ਇਹ ਲੋਕਾਂ ਨੂੰ ਸਮਝ ਨਹੀਂ ਆ ਰਹੀ। ਚੱਕ ਕੇ ਝੰਡੇ ਇਹਨਾਂ ਨੇ ਸਰਕਾਰ ਬਣਾਤੀ ਹੈ, ਜਿਹੜਾ ਮੁੱਖ ਮੰਤਰੀ ਆ ਪੰਜਾਬ ਦਾ, ਜਿਹੜਾ ਵੀ ਹੋਇਆ ਭਲਾ ਭਗਵੰਤ ਮਾਨ ਦਾ ਉਦੋਂ ਪਹਿਲੇ ਵੀ ਸੀ, ਉਹ ਇਹਨਾਂ ਚੋਰਾਂ ਨਾਲ ਰਲੇ ਹੋਏ ਸੀ। ਸਾਹਿਬ ਦੱਸਿਓ ਇਸ ਬਾਰੇ ਚਾਨਣਾ ਪਾਇਓ ਕਿ ਮਾਮਲਾ ਹੈ ਕੀ ਸੀ, ਕਿਵੇਂ ਅਤੇ ਕਿਵੇਂ ਪਤਾ ਲੱਗਾ ਕਿ ਹੋਰ ਇੰਨੇ ਹੋ ਜਾਏ ਕਿੰਨੇ ਮਾਮਲੇ ਨੇ, ਕਿਉਂਕਿ ਇਹ ਤਾਂ ਸਿਰਫ ਪੰਜਾਬ ਦਾ ਇੱਕ ਹਿੱਸਾ ਜਿਹੜਾ ਆਪਣੇ ਮਾਲਵੇ ਦੇ ਵਿੱਚ ਆ, ਕਿਉਂਕਿ ਪੰਜਾਬ ਦਾ ਦੁਆਬਾ ਏਰੀਆ ਜਿੱਥੇ ਬਹੁਤ ਜ਼ਿਆਦਾ SCA ਦੀ ਗਿਣਤੀ, ST ਦੀ ਗਿਣਤੀ ਆ, ਅਤੇ ਉੱਥੇ ਜੋਬਸ ਵੀ ਕਾਫੀ ਇਹੋ ਜਿਹੀਆਂ ਨੇ ਸਰਕਾਰ ਦੇ ਵਿੱਚ, ਸਰਕਾਰੀ ਕੱਢੀਆਂ ਜਾਂਦੀਆਂ ਜਿਨ੍ਹਾਂ ਦੇ ਵਿੱਚ ਬਹੁਤਿਆਂ ਨੂੰ ਜੋਬ ਨਹੀਂ ਮਿਲਦੀ। ਕਿਹਾ ਇਹ ਜਾਂਦਾ ਕਿ ਇਹ ਬੰਦੇ ਉਹਦੇ ਵਿੱਚ ਨਾ ਮਾਤਰ ਸੀ ਕਿ ਉਹਨਾਂ ਦੇ ਵਿੱਚ ਯੋਗਤਾ ਨਹੀਂ ਸੀ, ਤਾਂ ਕਰਕੇ ਅਸੀਂ ਉਹ ਜਨਰਲ ਕੈਟੇਗਰੀ ਜਾਂ ਹੋਰ ਕੈਟੇਗਰੀਆਂ ਦੇ ਲੋਕ ਭਰਤੀ ਕਰ ਲਏ ਜਾਂਦੇ ਆ। ਅਸਲ ਵਿੱਚ ਇਹ ਪਿਛਲੇ 35-40 ਸਾਲ ਤੋਂ SC ਜਾਅਲੀ ਸਰਟੀਫਿਕੇਟ ਬਣਾ ਕੇ ਜਨਰਲ ਕੈਟਾਗਰੀ ਦੇ ਲੋਕ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੁਆਰਾ ਜਿਹੜਾ ਸਾਡੇ ਅਨੁਸੂਚਿਤ ਜਾਤੀ ਲੋਕਾਂ ਨੂੰ 25% ਰਾਖਵਾਂਕਰਨ ਕੋਟਾ ਨੌਕਰੀਆਂ 'ਚ ਦਿੱਤਾ ਗਿਆ ਸੀ, ਉਹਦੇ ਵਿੱਚ ਜੇ ਸਾਡੇ ਬੱਚੇ ਘੱਟ ਪੜ੍ਹੇ ਸੀ ਪਿੰਡਾਂ 'ਚ ਜਾਂ ਸ਼ਹਿਰਾਂ 'ਚ, ਤੁਸੀਂ ਦੁਆਬੇ ਦੀ ਗੱਲ ਕੀਤੀ ਹੈ, ਦੁਆਬੇ 'ਚ ਹੋ ਸਕਦਾ ਹਾਲਾਤ ਕੁਛ ਆਰਥਿਕ ਤੌਰ 'ਤੇ ਸਾਡੇ ਸਮਾਜ ਦੇ ਠੀਕ ਹੋਣ, ਪਰ ਮਾਲਵਾ ਰੀਜਨ ਤਾਂ ਬਹੁਤ ਵੱਡਾ ਪੰਜਾਬ ਦਾ ਹੈ, ਜਿੱਥੇ ਕਿ ਮਾਝਾ ਅਤੇ ਮਾਲਵਾ ਜਿੱਥੇ ਕਿ ਬੜੀ ਆਰਥਿਕ ਮੰਦੀ ਹੈ, ਔਰ ਜਦੋਂ ਘਰਾਂ ਦੇ ਵਿੱਚ ਸਾਡੇ ਪਰਿਵਾਰਾਂ 'ਚ ਆਰਥਿਕ ਮੰਦੀ ਹੋਊਗੀ, ਸਾਡੇ ਨਿਆਣੇ ਵੀ ਨਹੀਂ ਪੜ੍ਹਨਗੇ, ਤਾਂ ਉਹਨਾਂ ਲੋਕਾਂ ਦੇ ਜਿਹੜੇ ਜਨਰਲ ਕੈਟਾਗਰੀ ਦੇ ਲੋਕ ਹੈ ਉਹਨਾਂ ਨੇ ਫਿਰ ਇਹ ਵੇਖਿਆ ਕਿ ਸਾਨੂੰ ਆਪਦੀ ਕੈਟਾਗਰੀ ਤਾਂ ਨੌਕਰੀ ਮਿਲਦੀ ਨਹੀਂ, ਅਤੇ ਸਾਡੇ ਪਿੰਡਾਂ 'ਚ ਵੀ ਕਿਹੜਾ ਪਤਾ ਲੱਗਦਾ, ਉਹ ਬਣਾ ਕੇ ਸਰਟੀਫਿਕੇਟ ਕਿਸੇ ਹੋਰ ਪਿੰਡ 'ਚ ਜਾਂ ਕਿਸੇ ਹੋਰ ਸ਼ਹਿਰ 'ਚ ਜਾ ਕੇ ਰਹਿਣ ਲੱਗ ਪੈਂਦੇ। ਇਸ ਤਰ੍ਹਾਂ ਇਹ ਫਰਜ਼ੀਵਾੜਾ 35-40 ਸਾਲ ਤੋਂ ਚੱਲਦਾ ਆ ਰਿਹਾ, ਔਰ ਜਿਵੇਂ ਜਿਵੇਂ ਹੁਣ ਇਹ ਪਤਾ ਲੱਗਾ ਪਿਛਲੇ 5-7 ਸਾਲ ਤੋਂ ਪ੍ਰੋਫੈਸਰ ਸਾਹਿਬ ਦੀ ਟੀਮ ਇਹ ਇਹਨਾਂ ਲੋਕਾਂ ਦੇ ਮਗਰ ਪਈ ਹੈ ਕਿ ਇਹ ਲੋਕ MBBS ਲਾ ਦੇ ਵਿੱਚ ਹੋਰ ਵੱਡੀਆਂ ਕਲਾਸਾਂ ਦੇ ਵਿੱਚ ਜਿੱਥੇ ਐਡਮਿਸ਼ਨ ਲੈਂਦੇ ਹੈ ਉੱਥੇ ਇਹ ਵੱਡੀਆਂ ਨੌਕਰੀਆਂ 'ਚ ਵੀ ਹੱਥ ਪੱਲਾ ਮਾਰਦੇ ਹੈ। ਹਰਪ੍ਰੀਤ ਕੇ ਸਿੰਘ, ਉਹਦਾ ਪਿਓ ਕਰਨੈਲ ਸਿੰਘ ਜੱਜ, ਹੋਰ ਅਨੇਕਾਂ IRS ਅਫਸਰ ਹੈ ਜੋ ਕਲਾਸ 3 ਦੀਆਂ ਪੋਸਟਾਂ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਨੌਕਰੀ ਕਰਦੇ ਹੈ, ਉਹਨਾਂ ਦੀ ਤਾਂ ਕੋਈ ਗਿਣਤੀ ਨਹੀਂ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਲੋਕ ਨੌਕਰੀ ਕਰ ਰਹੇ ਹੈ। ਔਰ ਅਸੀਂ ਅੰਮ੍ਰਿਤ ਮਾਨ ਦੇ ਪਿਤਾ ਸਰਬਜੀਤ ਸਿੰਘ ਦਾ ਜਿਹੜਾ ਇਹ ਕੇਸ ਚੱਕਿਆ ਸੀ, ਜਦੋਂ ਇਹ ਸਾਡੇ ਧਿਆਨ 'ਚ ਆਇਆ ਇੱਥੇ ਮੋਰਚੇ ਦੇ ਕਿ ਇਹ ਕੋਈ ਮਤਲਬ ਇਸ ਕਲਾਕਾਰ ਦਾ ਪਿਓ 34 ਸਾਲ ਨੌਕਰੀ ਕਰਕੇ ਜਿਹੜਾ ਹੈ ਪੰਜਾਬ ਸਰਕਾਰ ਨੂੰ ਜਿੱਥੇ ਉਹਨੇ ਖਜ਼ਾਨੇ ਨੂੰ ਚੂਨਾ ਲਾਇਆ ਉੱਥੇ ਸਾਡੇ ਦਲਿਤ ਸਮਾਜ ਨਾਲ ਵੀ ਧੋਖਾ ਕੀਤਾ, ਕਿਉਂਕਿ ਅੱਜ ਤੋਂ 35-40 ਸਾਲ ਪਹਿਲਾਂ ਜੇ ਕੋਈ ਸਾਡੇ ਪਰਿਵਾਰ ਦਾ ਮੈਂਬਰ ਉਸ ਪੋਸਟ 'ਤੇ ਲੱਗਾ ਹੁੰਦਾ ਉਹਦੇ ਬੱਚਿਆਂ ਦਾ ਕਿੰਨਾ ਵਿਕਾਸ ਹੁੰਦਾ। ਹੁਣ ਮੈਂ ਦੱਸਦਾ ਕਿ ਜਿਹੜਾ ਹਰਪ੍ਰੀਤ ਕੇ ਸਿੰਘ ਦਾ ਪਿਓ ਹੈ ਇਹ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ 'ਚ ਡਰਾਈਵਰ ਲੱਗਾ ਸੀ, ਔਰ ਉਹਨੇ ਇੱਕ ਕੁੜੀ ਡਾਕਟਰ ਬਣਾਈ, ਇੱਕ ਕੁੜੀ ਹੋਰ ਵੱਡੀ ਅਫਸਰ ਬਣਾਈ ਅਤੇ ਮੁੰਡਾ IAS ਬਣਾਇਆ। ਦੱਸੋ ਇਹ ਸਿਰਫ ਇੱਕ ਜਨਰਲ ਕੈਟਾਗਰੀ ਦੇ ਚੋਰ ਦੀ ਇੱਕ ਉਦਾਹਰਣ ਆ ਤੁਹਾਡੇ ਕੋਲ, ਔਰ ਜੇ ਅੰਮ੍ਰਿਤ ਮਾਨ ਦੇ ਪਿਤਾ ਦੀ ਗੱਲ ਕਰੀਏ ਅੱਜ 38-40 ਕਰੋੜ ਦੀ ਪ੍ਰਾਪਰਟੀ ਉਹ ਤਾਂ ਹੀ ਬਣੀ ਜੇਕਰ ਸਰਬਜੀਤ ਸਿੰਘ ਸਰਕਾਰੀ ਨੌਕਰੀ ਲੱਗਾ ਅਤੇ ਸਰਕਾਰੀ ਨੌਕਰੀ ਕਰਕੇ ਆਪਦੇ ਬੱਚਿਆਂ ਦਾ ਵਧੀਆ ਉਹਨੇ ਵਿਕਾਸ ਕੀਤਾ। ਸੋ ਇਸ ਤਰ੍ਹਾਂ ਸਾਡੇ ਸਮਾਜ ਨੂੰ ਇਹੋ ਜਿਹੇ ਚੂਹੇ, ਇਹੋ ਜਿਹੇ ਜਿਹੜੇ ਫਰਜ਼ੀਵਾੜੇ ਦੇ ਚੋਰ ਹੈ ਇਹ ਪਿਛਲੇ 35-40 ਸਾਲ ਤੋਂ ਖਾ ਰਹੇ ਹੈ। ਨਹੀਂ ਤਾਂ ਅੱਜ ਦੇਖੋ ਪੋਜੀਸ਼ਨ ਇਹ ਹੈ ਕਿ ਜਿਹੜੇ ਸਾਡੇ ਬੱਚੇ ਅੱਜ 30-35-32 ਸਾਲ ਦੇ 28 ਸਾਲ ਦੇ ਪੜ੍ਹ ਲਿਖ ਗਏ ਆ ਉਹ ਬਹੁਤ ਘੱਟ ਗਿਣਤੀ 'ਚ ਹੈ, ਕਿਉਂਕਿ ਮਸਾਂ ਹੀ ਕੋਈ ਜਵਾਕ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰਦਾ, ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਕਿਉਂਕਿ ਜਿਹੜਾ ਬੈਕਲੌਗ ਹੈ ਉਹ ਵੀ ਸਰਕਾਰ ਨਹੀਂ ਦੇ ਰਹੀ।
ਜਿਹੜਾ ਮੁੱਖ ਮੰਤਰੀ ਆ ਪੰਜਾਬ ਦਾ ਜਿਹੜਾ ਵੀ ਹੋਇਆ ਭਲਾ ਭਗਵੰਤ ਮਾਨ ਦਾ ਉਦੋਂ ਪਹਿਲੇ ਵੀ ਸੀ ਉਹ ਇਹਨਾਂ ਚੋਰਾਂ ਨਾਲ ਰਲੇ ਹੋਏ ਸੀ ਔਰ ਇਹਨਾਂ ਚੋਰਾਂ ਨਾਲ ਰਲੇ ਹੋਣ ਕਰਕੇ ਇਹ ਸਾਡੀ ਗੱਲ ਹੀ ਨਹੀਂ ਸੁਣਦੇ ਔਰ ਗੱਲ ਜੇ ਅਸੀਂ ਆਪਦੇ ਪ੍ਰੈਸ਼ਰ 'ਚ ਕੁਛ ਗੱਲਾਂ ਸਾਡੀਆਂ ਮੰਨ ਵੀ ਰਹੇ ਆ ਤਾਂ ਇਹ ਸਾਡੇ ਮੋਰਚੇ ਦੀ ਦੇਣ ਹੈ ਅੱਜ 93 ਦਿਨ ਹੋ ਗਏ ਸਾਡਾ ਇਹ ਮੋਰਚਾ ਪੰਜਾਬ ਦੇ SC BC ਇਕਨੋਮੀਕਲੀ ਵੀਕਰ ਹੋਰ ਅੰਗਹੀਣ ਜਿੰਨੀਆਂ ਵੀ ਰਿਜ਼ਰਵ ਕੈਟਾਗਰੀ ਦੀਆਂ ਬਣਦੀਆਂ ਪੋਸਟਾਂ ਉਹਨਾਂ ਦਾ ਪਹਿਰੇਦਾਰ ਹੈ ਔਰ ਇਹ ਇਕੱਲਾ SC ਲੋਕਾਂ ਦਾ ਨਹੀਂ ਨਾ ਕਿਸੇ ਜਾਤੀ ਜਮਾਤੀ ਕਿਸੇ ਪਾਰਟੀਕੁਲਰ ਕਿਸੇ ਵਿਅਕਤੀ ਦਾ ਮੋਰਚਾ ਰਹਿ ਗਿਆ ਇਹ ਮੋਰਚਾ ਸਾਰੇ ਪੰਜਾਬ ਦਾ ਹੈ ਅੱਜ ਪੰਜਾਬ ਦੀ ਇਸ ਲੜਾਈ ਨੂੰ ਦੂਜੇ ਸੂਬੇ ਵੀ ਇੱਥੇ ਅੱਖ ਰੱਖ ਰਹੇ ਹੈ ਕਿ ਜੇ ਪ੍ਰੋਫੈਸਰ ਹਰਨੇਕ ਸਿੰਘ ਕੋਈ ਅੱਜ ਪੰਜਾਬ ਦੇ ਲੋਕਾਂ ਨੂੰ ਦਲਿਤ ਸਮਾਜ ਦੇ ਲੋਕਾਂ ਨੂੰ ਕੁਛ ਲੈ ਕੇ ਦੇਣਗੇ ਉਹਨਾਂ ਦੇ ਹੱਕ ਰਾਹਵੇਂ ਜਿਹੜੇ ਆ ਉਹ ਸਿਖਾਵੇਂ ਹੋਣਗੇ ਅਤੇ ਤਾਂ ਹੀ ਦੂਜੇ ਸੂਬੇ ਵੀ ਇਹ 'ਤੇ ਉਮੀਦ ਰੱਖ ਰਹੇ ਹੈ ਸੋ ਅਸੀਂ ਇਹ ਸੰਘਰਸ਼ ਆ ਜਿਹੜਾ ਤੁਸੀਂ ਪੁੱਛਿਆ ਕਿ ਸਰਟੀਫਿਕੇਟ ਆ ਇਹ ਧੀਮੀ ਰਫ਼ਤਾਰ 'ਚ ਚੱਲ ਰਹੇ ਹੈ ਜੇ ਅਸੀਂ ਬੈਠੇ ਹਾਂ ਅਤੇ ਤਾਂ ਹੀ ਇਹ ਥੋੜ੍ਹੀ ਜਿਹੀ ਇਹਨਾਂ ਦੀ ਰੇਸ ਵਧਾਈ ਹੈ ਜਿੱਦੇ ਅਸੀਂ ਉੱਠ ਖੜੇ ਇਹਨਾਂ ਨੇ ਫਿਰ ਉਹੀ ਜੈਸੇ ਦੇ ਕੰਮ ਕਰ ਦੇਣਾ ਸੋ ਇਹ ਸਾਡਾ ਮੋਰਚਾ ਲੰਮਾ ਸਮਾਂ ਅਸੀਂ ਚਲਾਵਾਂਗੇ ਭਲਾ ਇਹ 2 ਸਾਲ ਚੱਲੇ 1.5 ਸਾਲ ਚੱਲੇ 2.5 ਸਾਲ ਚੱਲੇ ਅਸੀਂ ਇੱਥੇ ਜੇ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੇ ਉਹਨਾਂ ਵੇਲਿਆਂ 'ਚ ਜਦੋਂ ਕਿ ਸਾਡੇ ਆਰਥਿਕ ਵਸੀਲੇ ਵੀ ਇੰਨੇ ਸੀ ਹੈ ਨਹੀਂ ਸੀਗੇ ਜਿਹੜੀ ਆਵਾਜਾਈ ਦੇ ਸਾਧਨ ਸਾਡੇ ਕੋਲ ਹੈ ਨਹੀਂ ਸੀ ਅੱਜ ਅਸੀਂ ਪੜ੍ਹ ਲਿਖ ਕੇ ਡਾਕਟਰ ਸਾਹਿਬ ਦਾ ਦਿੱਤਾ ਨਾਰਾ ਪੜ੍ਹੋ ਲਿਖੋ ਜੁੜੋ ਪੜ੍ਹੋ ਜੁੜੋ ਸੰਘਰਸ਼ ਕਰੋ ਦੇ ਤਹਿਤ ਅਸੀਂ ਜੇ ਆਪਦੇ ਜਿਹੜੇ ਪਛੜ ਚੁੱਕੇ ਜਿਹੜਾ ਸਾਡਾ ਦਲਿਤ ਸਮਾਜ ਹੈ ਉਹਨਾਂ ਦੇ ਬੱਚਿਆਂ ਲਈ ਉਹਨਾਂ ਦੇ ਭਵਿੱਖ ਲਈ ਅਸੀਂ ਇੱਥੇ ਬੈਠੇ ਹਾਂ ਤਾਂ ਅਸੀਂ ਜਿੰਨਾ ਚਿਰ ਇਹਨਾਂ ਲੋਕਾਂ ਨੂੰ ਇਹਨਾਂ ਚੋਰਾਂ ਨੂੰ ਇਹਨਾਂ ਦੇ ਪਰਚੇ ਦਰਜ ਨਹੀਂ ਹੁੰਦੇ ਜੇਲ੍ਹਾਂ ਨਹੀਂ ਜਾਂਦੇ ਇਹਨਾਂ ਦੀ ਕੁਰਕੀ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇਹ ਮੋਰਚਾ ਨਹੀਂ ਚੱਕਾਂਗੇ।